ਆਕਸੀਜਨ ਲੈਵਲ ਬਿਲਕੁਲ ਸਹੀ ਆ ਤੋ 15 ਦਿਨ ਬਾਅਦ ਕਹਿੰਦੇ ਤੁਹਾਨੂੰ ਕੱਲ੍ਹ ਛੁੱਟੀ ਦੇ ਦੇਣੀ ਆ ਆਕਸੀਜਨ ਲੈਵਲ 9900 ਆ ਰਹੀ ਵਿਦਆਊਟ ਆਕਸੀਜਨ ਤਾਂ ਮੈਂ ਰਾਤ ਘਰ ਚੱਲ ਗਿਆ ਰਾਤੀ 12 ਵਜੇ ਮੈਨੂੰ ਫੋਨ ਕੀਤਾ ਕਿ ਮੰਮੀ ਨੂੰ ਲਾਸਟ ਟਾਈਮ ਮਿਲ ਲਾ ਉਸ ਤੋਂ ਬਾਅਦ ਫਿਰ ਮੈਂ ਕਿਹਾ ਦੂਸਰੇ ਦਿਨ ਆਇਆ ਕਿ ਗੱਲ ਹੋਈ ਆ ਇਹ ਕਹਿ ਰਹੇ ਆ ਕਿ ਇਹਨਾਂ ਦਾ ਬੀ ਪੀ ਵਧਿਆ ਆ ਔਰ ਬੀ ਪੀ ਦਾ ਇਲਾਜ ਕੋਵਿਡ ਵਿੱਚ ਕਰ ਰਹੇ ਨੇ ਬੀ ਪੀ ਦਾ ਇਲਾਜ ਕੋਵਿਡ ਵਾਰਡ ਇਹਨਾਂ ਨੂੰ ਮੈਂ ਕਿਹਾ ਕਿ ਇਹਨਾਂ ਨੂੰ ਦੂਸਰਾ ਰੂਮ ਦਿਓ ਆਪਣਾ ਇਹਨਾਂ ਨਹੀਂ ਦਿੱਤਾ ਕੋਵਿਡ 'ਚ ਕਰ ਰਹੇ ਆ ਬੀ ਪੀ ਸਹੀ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਲੂਜ਼ ਮੋਸ਼ਨ ਵਗੈਰਾ ਆ ਗਏ ਆ ਉਹਦੇ ਲਈ 3-4 ਲੂਜ਼ ਮੋਸ਼ਨ ਦਾ ਇਲਾਜ ਵੀ ਕੋਵਿਡ 'ਚ ਕਰ ਰਹੇ ਨੇ ਅੱਜ ਮੈਂ ਇਹਨਾਂ ਨੇ ਮੈਨੂੰ ਫੋਨ ਕੀਤਾ ਸਵੇਰੇ ਕਿ ਤੁਹਾਡੀ ਮੰਮੀ ਦੀ ਡੈਥ ਹੋ ਗਈ ਆ ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਬੋਡੀ ਦੇ ਦਿਓ ਕਹਿੰਦੇ ਬਾਹਰ ਚੱਲ ਮੈਂ ਕਿਹਾ ਬਾਹਰ ਚੱਲ ਦੀ ਗੱਲ ਨਹੀਂ ਮੇਰੇ ਪਾਪਾ ਆਰਮੀ ਕਾਰਗਲ 'ਚ ਸੀ ਉਹਨਾਂ ਨੂੰ ਵੀ ਗੋਲੀਆਂ ਲੱਗੀਆਂ ਮੇਰੇ ਪਾਪਾ ਦੀ ਡੈਥ ਹੋ ਗਈ ਪਾਪਾ ਨਹੀਂ ਆ ਗਏ ਮੇਰੀ ਮੰਮੀ ਸਹਾਰਾ ਹੈ ਤਾਂ ਇਹਨਾਂ ਦੀ ਬੋਡੀ ਦੇ ਦਿਓ ਇਹ ਕਹਿੰਦਾ ਚੱਕ ਬਾਹਰ ਇਹਨੂੰ ਚੁੱਕ ਕੇ ਬਾਹਰ ਮਾਰੋ ਕਹਿੰਦਾ ਚੱਕ ਕੇ ਬਾਹਰ ਮਾਰੋ ਇਹ ਕਹਿੰਦੇ ਕਿਹਾ ਇਹ ਗੁਰਪ੍ਰੀਤ ਨੇ ਇੱਥੋਂ ਸਕਿਉਰਟੀ ਗਾਰਡ ਹੈ ਇੱਕ ਠੀਕ ਇਹਨੇ ਅੱਜ ਤੋਂ 15 ਦਿਨ ਮੇਰੀ ਆਂਟੀ ਨੂੰ ਵੀ ਇਹੀ ਗੱਲ ਕਹੀ ਕਿ ਚੁੱਕ ਕੇ ਬਾਹਰ ਮਾਰੋ ਗੜ ਸ਼ੰਕਰ ਦੇ ਹੋ ਇਹਨਾਂ ਨੇ ਤੁਹਾਨੂੰ ਕੋਈ ਰਿਪੋਰਟ ਵੀ ਦੇ ਜਦੋਂ ਤੁਸੀਂ ਲੈ ਕੇ ਆਏ ਆ ਕਰੋਨਾ ਦੀ ਪਹਿਲਾਂ ਇਹਨਾਂ ਨੇ ਕਿਹਾ ਕਿ ਤੁਹਾਡੀ ਮੰਮੀ ਨੈਗੇਟਿਵ ਆ ਮੈਂ 15 ਦਿਨ ਤੋਂ ਇਹਨਾਂ ਦੇ ਹੱਥ ਜੋੜ ਰਿਹਾ ਕਿ ਰਿਪੋਰਟਾਂ ਦੇ ਦਿਓ ਮੈਨੂੰ ਰਿਪੋਰਟਾਂ ਦੇਖੋ 15 ਦਿਨ ਤੋਂ ਰਿਪੋਰਟਾਂ ਨਹੀਂ ਦਿਖਾ ਰਹੇ ਤੁਸੀਂ ਵੀ ਚਾਹੁੰਦੇ ਸਰ ਹੁਣ ਸਰ ਚਾਹਣਾ ਕੀ ਆ ਕਿ ਇਹ ਰਿਪੋਰਟਾਂ ਦੇ ਦਿਓ ਰਿਪੋਰਟਾਂ ਨਹੀਂ ਦਿੰਦੇ ਹੁਣ ਮੈਂ ਕਿਹਾ ਡੈੱਡ ਬੋਡੀ ਦੇ ਦਿਓ ਹੁਣ ਚੱਕਰਾਂ 'ਚ ਪਾ ਦਿੱਤੇ ਜਦੋਂ ਤੁਸੀਂ ਡੈੱਡ ਬੋਡੀ ਮੰਗੀ ਤਾਂ ਕੀ ਕਹਿ ਰਹੇ ਡੈੱਡ ਬੋਡੀ ਮੰਗੀ ਤਾਂ ਉਹੀ ਕਹਿੰਦੇ ਕਿ ਡਾਕਟਰ ਨਹੀਂ ਆ ਇੱਥੇ ਕੋਈ ਸਟਾਫ ਨਹੀਂ ਹੈਗਾ ਜਾਂ ਡਾਕਟਰ ਆਣਗੇ ਉਹਨਾਂ ਨਾਲ ਗੱਲ ਕਰਿਓ ਮੈਂ ਕਿਹਾ ਡਾਕਟਰ ਨੂੰ ਜਲਦੀ ਬੁਲਾਓ ਸਾਨੂੰ ਵੀ ਅਸੀਂ ਡੈੱਡ ਬੋਡੀ ਲੈ ਕੇ ਆਉਣਾ ਜਦੋਂ ਸਰ ਤੁਸੀਂ ਮਿਲਣ ਜਾਂਦੇ ਸੀ ਇਹਨਾਂ ਪੇਸ਼ੈਂਟ ਦੇ ਨੂੰ ਪੀ ਪੀ ਕਿੱਟ ਵਗੈਰਾ ਵੀ ਕੁਛ ਕਹਿ ਰਹੇ ਸਰ ਹਾਂਜੀ ਸਰ ਪੀ ਪੀ ਕਿੱਟ ਪਾ ਕੇ ਜਾਂਦੇ ਡੇਲੀ 500 ਰੁਪਏ ਦੀ ਕਿੱਟ ਲੈਂਦੇ ਆ ਲੇਕਿਨ ਜਿਹੜਾ ਜਿੰਨਾ ਸਟਾਫ ਅੰਦਰ ਆ ਬਿਨਾਂ ਗਲਵਸ ਬਿਨਾਂ ਮਾਸਕ ਤੋਂ ਅੰਦਰ ਆ ਉਹ ਸਰਕਾਰ ਵੱਲੋਂ ਫ੍ਰੀ ਆ ਨਹੀਂ ਸਰ ਸਾਨੂੰ 500 ਦੀ ਮਿਲ ਰਹੀ ਸਾਰਿਆਂ ਨੂੰ ਜਿੱਦਾਂ ਕਿ ਪੀ ਪੀ ਕਿੱਟ ਤੁਸੀਂ ਇੱਕ ਵਾਰੀ ਲੈ ਰਹੇ ਕਿ ਜਿੰਨੀ ਵਾਰੀ ਮਿਲਣ ਜਾਂਦੇ ਇੱਕ ਮਿੰਟ ਜਿੰਨੀ ਵਾਰੀ ਮਿਲਣ ਜਾਂਦੇ ਉਨੀ ਵਾਰੀ ਨਵੀਂ ਲੈਂਦੇ ਪਏ ਸੀ ਕਿੱਟ ਹਰ ਵਾਰੀ ਨਵੀਂ ਲੈ ਰਿਹਾ ਉਹ ਗੁਰਪ੍ਰੀਤ ਕਹਿੰਦਾ ਮੈਂ ਅੰਦਰੋਂ ਤੈਨੂੰ ਬਲੈਕ 350 'ਚ ਕੱਢ ਦਿੰਦਾ ਗੁਰਪ੍ਰੀਤ ਨੇ ਇੰਨੀਆਂ ਗੱਲਾਂ ਵੀ ਮੈਨੂੰ ਕਹੀਆਂ ਕਿਸੇ ਨਾਲ ਗੱਲ ਨਾ ਕਰੇ ਮੈਂ 350-300 'ਚ ਬਲੈਕ ਕੱਢ ਦਿੰਦਾ ਤੇ ਸਰ ਤੁਹਾਡੇ ਨਾਲ ਕੋਈ ਦੁਰਵਿਵਹਾਰ ਵੀ ਕੀਤਾ ਗਿਆ ਧੱਕੇ ਮਾਰ ਕੇ ਇਦਾਂ ਕੁਛ ਸਰ ਗੁਰਪ੍ਰੀਤ ਨੇ ਮੈਨੂੰ ਕਿਹਾ ਇਹਨਾਂ ਚੁੱਕ ਕੇ ਬਾਹਰ ਮਾਰੋ ਮੈਂ ਕਿਹਾ ਸਰ ਮੈਂ ਬਾਹਰ ਮਾਰਨ ਵਾਲੀ ਕਿਹੜੀ ਗੱਲ ਹੋਈ ਆ ਮੈਂ ਕਿਹਾ ਤੁਸੀਂ ਮਾਸਕ ਲਾ ਕੇ ਗੱਲ ਕਰੋ ਇਸ ਟਾਈਮ ਕੋਵਿਡ ਚੱਲ ਰਿਹਾ ਆ ਇਹਨਾਂ ਧੱਕੇ ਮਾਰ ਕੇ ਬਾਹਰ ਕੱਢਿਆ 15 ਦਿਨ ਪਹਿਲਾਂ ਮੈਨੂੰ ਕਹਿੰਦੇ ਕਿ ਨੈਗੇਟਿਵ ਆ ਅੱਜ ਕਹਿੰਦੇ ਕੋਰੋਨਾ ਟੈਸਟ ਕਰਵਾਉਣਾ 15 ਦਿਨ ਤੋਂ ਪਹਿਲਾਂ ਕਹਿੰਦੇ ਨੈਗੇਟਿਵ ਆ ਇਸ ਤੋਂ ਪਹਿਲਾਂ ਵੀ ਕਿੰਨੀ ਵਾਰ ਮੀਡੀਆ ਪੁਲਿਸ ਆ ਚੁੱਕੀ ਆ ਬਹੁਤ ਵਾਰੀ ਆ ਮੈਂ ਇੱਕ ਮੰਥ ਤੋਂ ਬਹੁਤ ਵਾਰੀ ਮੀਡੀਆ ਪੁਲਿਸ ਆ ਚੁੱਕੀ ਤਾਂ ਕੁਛ ਨਹੀਂ ਕਰਦੇ ਕੋਈ ਨਹੀਂ ਕੁਛ ਕਹਿੰਦਾ ਰਾਜਕੁਮਾਰੀ ਕੋਈ ਪੇਸ਼ੈਂਟ ਆ 55 ਸਾਲ ਉਹ ਆਰਮੀ ਕਾਰਡ 'ਤੇ ਉਹਦਾ ਇਲਾਜ ਚੱਲਦਾ ਸੀ ਇੱਥੇ ਹੁਣ ਇਹਨਾਂ ਦਾ ਉਹ ਕਹਿੰਦੇ ਸਰ ਜੋ ਪੇਸ਼ੈਂਟ ਦੇ ਪਰਿਜਨ ਆ ਉਹਨਾਂ ਵੱਲੋਂ ਆਰੋਪ ਲਗਾਇਆ ਜਾ ਰਿਹਾ ਕਿ ਹਸਪੀਟਲ ਵੱਲੋਂ ਡੈੱਡ ਬੋਡੀ ਨਹੀਂ ਦਿੱਤੀ ਜਾ ਰਹੀ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਆਪਣੇ ਜਿਹੜਾ ਆਰਮੀ ਦਾ ਨੋਡਲ ਅਫਸਰ ਉਹਦੇ ਨਾਲ ਗੱਲ ਕਰਨ ਇਹਨਾਂ ਦਾ ਬਿੱਲ ਬੁੱਲ ਦਾ ਰੌਲਾ ਹੋਊਗਾ ਉਹਦੇ ਸਾਡਾ ਥੋੜਾ ਵੀ ਕਰਦੇ ਇੱਕ ਸਰ ਜਿਹੜੀ ਕਰੋਨਾ ਦੀ ਰਿਪੋਰਟ ਹੈ ਨੈਗੇਟਿਵ ਇਹਨਾਂ ਦੀ ਯਾਰ ਮੈਂ ਡਾਕਟਰ ਪੜਾਂਗੇ ਇਹ ਦੋ ਦੱਸਣਗੇ ਨਾ ਵੀ ਕੌਣ ਹੈ ਰਿਪੋਰਟ ਨਾਲ ਸਰ ਤੁਸੀਂ ਇੱਥੇ ਆਏ ਹੋ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਅਸੀਂ ਤਾਂ ਲਾਅ ਐਂਡ ਆਰਡਰ ਵਾਸਤੇ ਆਏ ਬਸ ਕਹਿੰਦੇ 4 ਘੰਟੇ ਵਿੱਚ ਡੈੱਡ ਬੋਡੀ ਨਹੀਂ ਮਿਲ ਰਹੀ ਤੁਸੀਂ ਇੱਥੇ ਕੀ ਕਾਰਵਾਈ ਕੀਤੀ ਕੀ ਪ੍ਰੋਸੈਸ ਚਲਾਇਆ ਸਾਰਾ ਸਰ ਇੱਕ ਨਾ ਪ੍ਰਸ਼ਾਸਨ ਦਾ ਗੱਲ ਹੈ ਆਪਣੇ ਨੋਡਲ ਅਫਸਰ ਦਾ ਗੱਲ ਕਰਨਾ ਆਰਮੀ ਦੇ ਨਾਲ ਸਰ ਜਦੋਂ ਤੁਸੀਂ ਇੱਥੇ ਹਾਜ਼ਰ ਹੋਏ ਸੀਗੇ ਕਹਿੰਦੇ ਕੁਛ ਜਿਹੜੇ ਇਹਨਾਂ ਦੇ ਸਟਾਫ ਦੇ ਮੈਂਬਰ ਉਹਨਾਂ ਨੂੰ ਮਾਸਕ ਨਹੀਂ ਪਾਏ ਗਏ ਸੀਗੇ ਤੁਸੀਂ ਕੋਈ ਇਹੋ ਜਿਹੀ ਗੱਲ ਨਹੀਂ ਹੈ ਸਰ ਇਹਨਾਂ ਨੂੰ ਪਹਿਲਾਂ ਦੇ ਹੋ ਗਏ ਮੈਂ ਕੀ ਕਰ ਸਰ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ ਅਗਰ ਡੈੱਡ ਬੋਡੀ ਨਹੀਂ ਦਿੱਤੀ ਜਾਂਦੀ ਜਦੋਂ ਕੋਈ ਸਾਨੂੰ ਰਿਟਨ ਚ ਕੰਪਲੇਂਟ ਮਾਰੂਗਾ ਉਹਨੂੰ ਦੇਖਾਂਗੇ ਠੀਕ ਹੈ ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼